ਮੈਂ ਹੈਗਾ ਜਗਲਾਤ ਮਹਿਕਮੇ ਦਾ ਚੌਂਕੀਦਾਰ। ਮੈਂ ਬੂਟਿਆਂ ਦੀ ਬਾਗਬਾਨੀ ਦਾ ਕੰਮ ਕਰਦਾ, ਬੂਟੇ ਸਾਫ਼ ਕਰਨੇ, ਬੂਟਿਆਂ ਨੂੰ ਮੇਰਾ ਪਸ਼ੂ ਨਾ ਕੋਈ ਖਾ ਜਾਏ, ਬਿਲਕੁਲ ਮੈਂ ਇਸ ਕੰਮ ਦੇ ਵਿੱਚ ਹੈ। ਮੈਨੂੰ ਜਿੰਨਾ ਪਲਾਟ ਮੇਰੇ ਹਵਾਲੇ ਹੈ ਉਹ ਮੇਰੀ ਜ਼ਿੰਮੇਵਾਰੀ ਹੈ, ਤੇ ਮੈਂ ਇਹ ਚਾਹੁੰਦਾ ਵੀ ਬੂਟੇ ਜੰਗਲ ਹਰਾ ਹੋ ਜਾਏ, ਸੋਹਣਾ ਬਣ ਜਾਏ, ਤਾਂ ਕਿ ਸਾਨੂੰ ਸਾਰੇ ਦੁਨੀਆਂ ਵਾਸਤੇ ਬੂਟਿਆਂ ਦੀ ਲੋੜ ਹੈ। ਇਹ ਜਿਹੜਾ ਕੰਮ ਹੈ ਬਿਲਕੁਲ ਸਾਰੇ ਜਿਹੜਾ ਬੂਟੇ ਹੈ ਨਾ ਇਹ ਸਾਰੀ ਦੇਣ ਜਿਹੜੀ ਹੈ ਸਾਡੇ ਲੋਕਾਂ ਵਾਸਤੇ ਹੈ। ਸਕੂਲ ਹੈਗਾ ਮੇਰੇ ਘਰ ਦੇ ਨਾਲ, ਅੱਠਵੀਂ ਤੀਕਰ ਹੈ ਉਹ ਸਰਕਾਰ ਕਾਂਗਰਸ ਦੇ ਵੇਲੇ ਉਹ ਬਣਿਆ ਸਕੂਲ, ਅੱਠਵੀਂ ਤੀਕਰ ਪਹਿਲਾਂ ਪ੍ਰਾਇਮਰੀ ਤੋਂ ਪੜ੍ਹਦੇ। ਮੇਰੇ ਘਰ ਦੇ ਬੱਚੇ ਧਰਮਪੁਰ ਪੜ੍ਹਦੇ ਜੀ, ਹਾਂਜੀ ਮੋਟਰਸਾਈਕਲ ਤੇ। ਤਲਵਾੜਾ ਹੈਗਾ ਸਾਡੇ ਪਿੰਡੋਂ 10 ਮੀਲ, 10 ਮੀਲ ਹੈ, ਛੱਡ ਕੇ ਆਉਣਾ ਪੈਂਦਾ, ਲੈ ਕੇ ਵੀ ਆਉਣਾ ਪੈਂਦਾ, ਕੋਈ ਸਾਧਨ ਹੈ ਨਹੀਂ ਨਾ, ਸਾਧਨ ਹੈ ਨਹੀਂ, ਜਾ ਕੇ ਝਰੇੜੇ ਤੇ ਬੱਸ ਫੜਨੀ ਹੈ। ਉਹੀ ਹੁਣ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਉਹਨੇ ਤਾਂ ਜਾਣਾ ਹੀ ਹੈ ਨਾ। ਹੁਣ ਉਹ ਬੱਚਾ ਕਹਿੰਦਾ ਮੈਂ ਪੜ੍ਹਨਾ, ਮੈਂ ਮਾਸਟਰ ਬਣਨਾ, ਤੇ ਜੇ ਉਹਨੂੰ ਨਾ ਪੜਾਈਏ ਹੁਣ ਕਿਆ ਕਰੀਏ, ਹੈਗੇ ਤਾਂ ਗਰੀਬ। ਚਲੋ ਫਿਰ ਵੀ ਅਸੀਂ, ਚਲੋ ਸੁਪਨੇ ਤਾਂ ਸਾਰਿਆਂ ਦੇ ਹੁੰਦੇ, ਸੁਪਨਾ ਸਾਰਿਆਂ ਦਾ ਹੁੰਦਾ ਵੀ ਚਲੋ ਬੱਚਾ ਪੜ੍ਹ ਜਾ, ਮੈਂ ਪੜ੍ਹ ਕੇ ਕੋਈ ਕਰਕੇ ਦੱਸਾਂ। ਹੁਣ ਗੱਲ ਤਾਂ ਇਹੋ ਹੀ ਹੈਗੀ ਆ ਬਈ ਸਰਕਾਰ ਦੇ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਚਾਹੀਦਾ ਵੀ ਅਸੀਂ ਕਰੀਏ। ਪਈ ਇਹ ਕੰਢੀ ਏਰੀਆ ਹੁਣ ਇਸ ਵੇਲੇ ਪਾਣੀ ਦੀ ਬੜੀ ਦਿੱਕਤ, ਗੌਰਮੈਂਟ ਨੂੰ ਇਹ ਚਾਹੀਦਾ। ਹੁਣ ਮਾਨ ਸਰਕਾਰ ਆ ਆਪਣਾ ਸੁਨੇਹਾ ਲਾ ਦਿਓ, ਤੁਹਾਡੀ ਵੀਡੀਓ ਪਹੁੰਚ ਜਾਵੇ ਉੱਥੇ ਤੱਕ ਕਿ ਤੁਹਾਡੀਆਂ ਮੁਸ਼ਕਲਾਂ ਹੱਲ ਹੋ ਜਾਣ। ਇਹ ਮੈਂ ਤਾਂ ਕਹਿੰਦਾ, ਮੈਂ ਤਾਂ ਰੋਜ਼ ਕਹਿੰਦਾ ਵੀ ਸਰਕਾਰ ਦੇ ਕੋਲ ਜਾਵਾਂ, ਪਰ ਮੈਂ ਗਰੀਬ ਆਦਮੀ ਪੈਸਾ ਪੱਲੇ ਚੁਣਿਆ, ਨਹੀਂ ਤਾਂ ਮੈਂ ਦਿੱਲੀ ਪਹੁੰਚ ਜਾਵਾਂ ਜਿੱਤ ਕਰਦਾ। ਮੈਂ ਜਾ ਕੇ ਪ੍ਰਧਾਨ ਮੰਤਰੀ ਉਹਦੇ ਅੱਗੇ ਪੁੱਛਾਂ ਵੀ ਇਹ ਸਾਡਾ ਪਿੰਡਾਂ ਨੂੰ ਹਨੀ ਛੱਡ ਕੇ, ਇਹ ਬਾਕੀ ਪੂਰੇ ਬਲ ਦੀਆਂ ਬੜਾ ਕਰਦੀਆਂ, ਕਿਆ ਫਰਕ ਹੈ ਇੱਥੇ, ਇੱਦਾਂ ਦੇ ਪਹਾੜ ਪਾਰ ਹਿੱਟੇ ਅੰਗਰੇਜ਼ਾਂ ਨੇ, ਇੱਦਾਂ ਦੀਆਂ ਸੜਕਾਂ ਤੁਹਾਨੂੰ ਸੁਣਗਾ, ਪੂਰਾ ਬਣਿਆ ਰੇਲ ਗੱਡੀਆਂ। ਮੈਂ ਕਿਹਾ ਇੱਥੇ ਖਤਰਾ ਕਾਹਦਾ, ਇਹ ਸਵੇਰੇ ਟ੍ਰੇਨਾਂ ਲੱਗਣ, ਇਹ ਪਿੱਛੇ ਹੋਈ ਵੀ ਮਨਜ਼ੂਰ 4 ਕਰੋੜ ਦਾ, 90 ਲੱਖ ਰੁਪਈਆ ਹੋਇਆ ਮਨਜ਼ੂਰ ਇਹ ਧੁੱਗੇ ਦੇ ਵੇਲੇ। ਮੈਂ ਮੀਟਿੰਗ ਵਿੱਚ ਗਿਆ, ਦੁਨੀਆਂ ਨੇ ਤਾੜੀਆਂ ਵਜਾਈਆਂ, ਦੁਨੀਆਂ ਖੁਦ ਕੇ ਲੈ ਪਈ ਸਾਡੇ ਏਰੀਏ ਸੜਕ ਬਣ ਜਾਣ, ਉਹ ਪਤਾ ਨਹੀਂ ਵੀ ਪੈਸਾ ਗਿਆ ਕਿੱਧਰ ਹੈ। ਇਹ ਕੁਛ ਸੋਚੋ ਵੀ ਉਹ ਇੱਥੇ ਅਗਲਿਆਂ ਨੇ ਚਾਹ ਪਾਣੀ ਮੀਟਿੰਗ ਜਲਸਾ ਹੋਇਆ ਬੜਾ ਵੱਡਾ, ਕਈ ਚੀਜ਼ਾਂ ਕਾਗਜ਼ਾਂ 'ਚ ਪਾਸ ਹੋ ਜਾਂਦੀਆਂ ਪਰ ਉਹ ਅਸਲ 'ਚ ਨਹੀਂ, ਅਸਲ ਵਿੱਚ ਨਹੀਂ ਉਹ ਗੱਲ ਬਣੀ ਜੀ। ਦੁਨੀਆਂ ਫਿੱਕੀ ਪੈ ਗਈ, ਦੁਨੀਆਂ ਕਹਿੰਦੇ ਜਾ ਕਿੰਨਾ ਕੁ ਤੁਰਦੇ ਰੋਜ਼ ਫਿਰ ਤੁਸੀਂ? ਮੈਂ ਰੋਜ਼ ਦਾ ਘੱਟੋ ਘੱਟ 25-30 ਕਿਲੋਮੀਟਰ ਸਫ਼ਰ ਕਰਦਾ। ਅੱਛਾ, ਤਾਂ ਹੀ ਲੱਗਦਾ ਪਤਲੇ ਤੁਸੀਂ। ਮੈਂ ਇੱਧਰ ਦੀ ਘੁੰਮੀ ਜਾਣਾ, ਮੇਰੇ ਪਲਾਟ ਵਿੱਚ ਕੋਈ ਗੈਰ ਬੰਦਾ ਨਾ ਵੜ ਜਾਏ, ਕਿਉਂ ਮੇਰੀ ਜ਼ਿੰਮੇਵਾਰੀ, ਮੈਂ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਸਮਝਦਾ, ਕਿਉਂ ਮੇਰੇ ਆਫਸਰ ਜੀ ਨੇ ਤੁਸੀਂ ਖਤਰਾ, ਕਿਉਂਕਿ ਜੰਗਲ ਹਾਂ, ਜੰਗਲ ਹੈ ਬਿਲਕੁਲ, ਇਸ ਵੇਲੇ ਅੱਗ ਦਾ ਬਹੁਤ ਖਤਰਾ, ਕੋਈ ਗੈਰ ਬੰਦਾ ਬੀੜੀ ਪੀਂਦਾ ਜਾਂ ਕਿੱਦਾਂ ਤੀਲ ਛਿੜ ਜਾ, ਨੁਕਸਾਨ ਹੋ ਜਾਊਗਾ। ਇਹ ਦਰਖਤ ਲੱਭਣੇ ਸਾਨੂੰ, ਇਹ ਦਰਖਤ ਇੰਨੇ ਪਿਆਰੇ ਨੇ, ਇਹ ਮੇਰੀ ਜਾਨ ਹੈ ਦਰਖਤ, ਜੇ ਬੈਂਕ ਤਾਂ ਹੁਣ ਮੈਂ ਛਾਵੇਂ ਰਹਿਣਾ। ਅਸੀਂ ਤਾਂ ਹੀ ਇੰਨੀ ਦੂਰ ਦੇਖਣ ਆਉਂਦੇ ਹਾਂ। ਬਹੁਤ ਸੋਹਣਾ ਕੀਤਾ, ਦੇਖੋ ਹਮੇਸ਼ਾ ਵਾਸਤੇ ਸਰਕਾਰ ਤੇ ਰੱਬ ਇੱਕ ਚੀਜ਼ ਹੁੰਦੀ, ਦਿੱਲੀ ਤੋਂ ਪੈਸਾ ਆਉਂਦਾ ਅੱਗੇ ਆਉਂਦਾ ਹੀ ਆਉਂਦਾ, ਢੋਲ ਵੈਸੇ ਮੁੱਕ ਜਾਏ ਤਾਂ ਸਾਡਾ ਮਿਟ ਕੇ ਨਿਕਲ, ਠੇਲਾ ਚੜ੍ਹਦਾ ਹੀ ਚੜ੍ਹਦਾ, ਬਸ ਇੱਥੇ ਅੱਗੇ ਮੁੱਕ ਜਾਂਦਾ ਕੰਮ ਜਾਂਦਾ। ਕੋਈ ਨਾ, ਅਸੀਂ ਇਹ ਉਮੀਦ ਕਰਦੇ ਹਾਂ ਕਿ ਸਰਕਾਰਾਂ ਤੁਹਾਡੇ ਵੱਲ ਧਿਆਨ ਦੇਣ, ਜਿਹੜੀ ਤੁਹਾਡੀ ਮੰਗ ਆ ਉਹ ਜ਼ਰੂਰ ਪੂਰੀ ਹੋਵੇ। ਇਹ ਜ਼ਰੂਰ ਕਹਿਣਾ ਜੀ, ਇਸ ਇਲਾਕੇ ਦੀ ਮੰਗ ਬਹੁਤ ਸਖ਼ਤ ਹੈ, ਇੱਕ ਪਾਣੀ ਦੀ ਤੇ ਇੱਕ ਸੜਕ ਦੀ, ਇੱਕ ਵੱਡਾ ਸਾਡੇ ਹੌਸਪੀਟਲ ਹੋਣਾ ਚਾਹੀਦਾ ਇਹ ਏਰੀਏ ਦੇ ਵਿੱਚ। ਮੇਰੇ ਕੰਨ ਖੜੇ ਹੋ ਗਏ ਵੀ ਮੈਂ ਘਰ ਜਾ ਕੇ ਲੇਡੀ ਨੂੰ ਆਪਣੀ ਨੂੰ ਘਰ ਵਾਲੀ ਨੂੰ ਬਿਮਾਰ ਸੀ, ਕੋਈ ਜਗ੍ਹਾ ਨਾ ਦਿਸੇ ਵੀ ਮੈਂ ਨੀਵਾਂ ਕਿੱਥੇ, ਜਾ ਕੇ ਲੁਧਿਆਣੇ ਪੁੱਜੇ ਤਾਂ ਲੁਧਿਆਣੇ ਜਾਂਦੇ ਨੂੰ ਅਗਲਿਆਂ ਨੇ ਕਿਹਾ ਜੀ ਵੀ 4.5 ਲੱਖ ਜਮ੍ਹਾਂ ਕਰਾ। ਮੈਂ ਕਿਹਾ ਵੀ ਭਰਾਵਾ ਮੈਂ ਗਰੀਬ ਆਦਮੀ, ਇੰਨਾ ਨਹੀਂ ਮੈਂ ਕਰਾ ਸਕਦਾ, ਚਲੋ ਮੇਰੇ ਰਿਸ਼ਤੇਦਾਰਾਂ ਨੇ ਜਾਂ ਮੇਰੇ ਪਿੰਡ ਦੇ ਲੋਕਾਂ ਨੇ ਹੈਲਪ ਕੀਤੀ, ਰੁਪਈਆ 1.5 ਲੱਖ ਲੈ ਕੇ ਗਏ, ਉਹ ਦਿਨ ਦੂਏ ਦਿਨ ਹੀ ਖਤਮ ਹੈ। ਉਹ ਮੈਂ ਕਿਹਾ ਬਣਿਆ ਗਿਆ ਹੈ, ਹੁਣ ਕਹਿੰਦੇ 4.5 ਲੱਖ ਹੋਰ ਕਰਾ, ਮੇਰੇ ਕੋਲ ਇੰਨਾ ਪੈਸਾ, ਮੈਂ ਕਿਹਾ ਮਜ਼ਦੂਰ ਬੰਦਾ ਪਏ ਸਾਡੀ ਸਾਡੀ ਪਹੁੰਚ ਆਈ। ਅੰਮ੍ਰਿਤਸਰ ਲਈ ਆਏ, ਉੱਥੇ ਇਹਦਾ ਕਾਰਡ ਸਾ ਬਣਿਆ, ਉੱਥੇ ਉਹਨਾਂ ਨੇ ਕੀਮੋ ਤਾਂ ਕਿਰਨਾਂ ਲਾਈਆਂ, ਬਾਕੀ ਜੋ ਦਵਾਈ ਆ ਸਾਡੇ ਕੋਲ ਜਲਦੀ ਨੂੰ ਕਹਿੰਦੇ ਦੂਈ ਕਰਾਉਣੀ ਹੈ, ਉਹ ਅਲਟਰਾਸਾਊਂਡ ਕਿਆ ਕਰਾਉਂਦੇ ਨੇ, 22,000 ਰੁਪਈਆ ਸਾਤੇ ਲਿਆ ਉਸ ਨੇ। ਮੈਂ ਕਿਹਾ ਭਰਾਵਾ ਇਹ ਤਾਂ ਸਮਝ ਲਿਆ ਵੀ ਇਹ ਵੀ ਮਰੀ ਤਾਂ ਅਸੀਂ ਵੀ ਮਰੇ, ਕੀ ਬੰਨੇ ਜੋਗਣੀ ਡਾਕਟਰਾਂ ਦੀ ਵੀ ਲੁੱਟ ਹੈਗੀ। ਉਹੀ ਨਾ ਤੁਹਾਨੂੰ ਸਿਹਤ ਸਹੂਲਤਾਂ, ਨਾ ਸਿੱਖਿਆ,
ਹਸਪੀਟਲ ਹੋਣਾ ਚਾਹੀਦਾ ਪਹਾੜੀ ਇਲਾਕੇ ਦੇ ਵਿੱਚ, ਸ਼ਹਿਰਾਂ 'ਚ ਨਹੀਂ ਹੋਣਾ ਚਾਹੀਦਾ। ਪਹਾੜੀ ਇਲਾਕੇ ਦੀ ਹਵਾ ਵੀ ਮਰੀਜ਼ ਨੂੰ ਠੀਕ ਆ ਅਤੇ ਹੋਸਪਿਟਲ ਵੀ ਉੱਚੇ ਥਾਂ ਪਹਾੜੀ 'ਤੇ ਹੋਵੇ। ਜਿੰਨੀ ਸਾਡੇ ਏਰੀਏ ਝੀਲ ਦੀ ਹਵਾ ਵਧੀਆ ਨਾ, ਇਹ ਮਰੀਜ਼ ਨੂੰ 100% ਖਰੀ ਲੱਗਦੀ ਹੈ ਝੀਲ ਦੀ ਹਵਾ। ਇਹ ਪਹਾੜੀ ਇਲਾਕੇ ਗੌਰਮੈਂਟ ਦੇ ਪਹਾੜ ਨੇ, ਇੱਕ ਉੱਚੀ ਪਹਾੜੀ 'ਤੇ ਸੀਨਰੀ ਬਣਾਉਣ, ਇੱਕ ਹੋਸਪਿਟਲ ਬਣਾਉਣ ਤਾਂ ਕਿ ਲੋਕ ਜਿਹੜੇ ਮਰੀਜ਼ ਨੇ ਉੱਥੇ ਜਾ ਕੇ ਇਲਾਜ ਕਰਾਉਣ, ਚਾਹੀਦੇ ਲਈ ਹਵਾ ਉਹਨਾਂ ਵਾਸਤੇ ਦਵਾਈ ਹੈ, ਇਹ ਹੋਣਾ ਚਾਹੀਦਾ।